ਹਾਂਜੀ ਤੁਹਾਡਾ ਸਵਾਗਤ ਹੈ ਮਾਸਟਰ ਪੰਜਾਬੀ ਸਾਹਿਤਕ ਸਰਗਰਮੀਆਂ ਦੇ ਉੱਪਰ ਤੇ ਆਪਾਂ ਤਿਆਰੀ ਕਰ ਰਹੇ ਸੀ ਮਾਸਟਰ ਕਿਡਰ ਦੀ 2022 ਦੇ ਲਈ ਨਾਲ ਇਹ ਐਨਟੀਏ ਨੈਟ 2022 ਦੇ ਲਈ ਟੌਪਿਕ ਚੱਲ ਰਿਹਾ ਹੈ ਲੋਕਧਾਰਾ ਤੇ ਸੱਭਿਆਚਾਰ ਤੇ ਇਸ ਦਾ 6 ਨੰਬਰ ਭਾਗ ਤੁਹਾਡੇ ਨਾਲ ਸਾਂਝਾ ਕਰਨਾ ਅੱਜ ਤਾਂ ਜਿਸ ਦੇ ਅੰਤਰਗਤ ਆਪਾਂ ਜਿਹੜਾ ਹੈ ਲੋਕ ਕਿੱਤਿਆਂ ਦੀ ਗੱਲ ਕਰਾਂਗੇ ਤੇ ਨਾਲ ਨਾਲ ਜਿਹੜਾ ਹੈ ਲੋਕ ਕਿੱਤਿਆਂ ਦੇ ਨਾਲ ਜਿਹੜੇ ਕਿੱਤਿਆਂ ਤੋਂ ਉਗਾਹ ਜਿਵੇਂ ਮੰਨ ਲਓ ਹਾਰ ਸ਼ਿੰਗਾਰ ਹਾਂ ਦੇ ਵੀ ਆਪਾਂ ਇਹਦੇ ਵਿੱਚ ਹੀ ਵਿਚਾਰ ਕਰਾਂਗੇ ਗਹਿਣਿਆਂ ਦੀ ਤਾਂ ਸ਼ੁਰੂ ਕਰਦੇ ਆਂ ਤਾਂ ਇੱਕ ਜਿਹੜੇ ਦੋਸਤ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲੈਣ ਤਾਂ ਜੋ ਨਵੀਂ ਆਕਾਦਮਿਕ ਖੇਤਰ ਨਾਲ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤਾਂ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਲੋਕ ਕਿਤੇ ਤਾਂ ਇਸ ਦਾ ਜਿਹੜਾ ਪਹਿਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਹੈ ਹਾਂਜੀ ਇਸ ਦੇ ਵਿੱਚ ਪਹਿਲਾ ਆਪਣਾ ਸਵਾਲ ਜਿਹੜਾ ਬਣਦਾ ਹੈ ਲੋਕ ਕਿੱਤੇ ਤੋਂ ਕੀ ਪਾਵ ਹੈ ਤਾਂ ਉਹ ਕਿਤਾ ਜੋ ਲੋਕ ਸਮੂਹ ਦੀ ਸਾਂਝੀ ਕਿਰਤ ਬਣ ਕੇ ਪਰੰਪਰਾਗਤ ਰੂਪ ਵਿੱਚ ਪੀੜੀ ਦਰ ਪੀੜੀ ਪ੍ਰਵਾਨਿਤ ਹੁੰਦਾ ਅਤੇ ਦਸਤਕਾਰੀ ਰਾਹੀ ਰੋਜੀ ਰੋਟੀ ਦਾ ਸਾਧਨ ਬਣਦਾ ਠੀਕ ਹੈ ਜੀ ਇਹਦੀ ਆਪਾਂ ਪਰਿਭਾਸ਼ਾ ਦੇ ਸਕਦੇ ਹਾਂ ਲੋਕ ਕਿਤਾਕਾਰਾਂ ਦੇ ਨਾਂ ਤਾਂ ਇਹਦੇ ਵਿੱਚ ਲੋਹਾਰ ਸੁਨਿਆਰ ਤਰਖਾਨ ਕਮਿਆਰ ਬਾਜੀਗਰ ਕਸੀਦਾਕਾਰ ਲੋਕ ਕਿੱਤਾ ਸਿੱਖਣ ਦਾ ਸਿਲਸਿਲਾ ਕਿਸ ਤਰ੍ਹਾਂ ਚੱਲਦਾ ਹੈ ਇਹ ਪੀੜੀ ਦਰ ਪੀੜੀ ਚੱਲਦਾ ਹੈ ਲੋਕ ਕਿੱਤੇ ਨੂੰ ਕਿਸ ਅ ਹੋਰ ਕਿਸ ਨਾਲ ਨਾਂ ਨਾਲ ਜਾਣਿਆ ਜਾਂਦਾ ਹੈ ਲੋਕ ਤੰਦੇ ਤਰਖਾਨ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤੂਆਂ ਦੇ ਨਾਂ ਮੰਜੀ ਪੀੜੀ ਫਲੰਗ ਮੰਧਾਣੀ ਕੜਵੰਜੀ ਚਰਖਾ ਚੌਂਕੀ ਸੰਦੂਕ ਕੋਟਣੀ ਬੂਹੇ ਬਾਰੀਆਂ ਲੋਹਾਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਵਸਤਾਂ ਹਾਲ ਪੰਜਾਲੀ ਰੰਬੀ ਦਾਤਰ ਕਹੀ ਦਾਤਰੀ ਰੰਬਾ ਕੁਹਾੜੀ ਸ਼ੈਣੀ ਹਥੌੜਾ ਥੋੜੀ ਤੰਗਲੀ ਤੇਸੀ ਆਦ ਇਸੇ ਤਰ੍ਹਾਂ ਹੀ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਗਹਿਣਿਆਂ ਦੇ ਨਾਮ ਕਲਿੱਪ ਸੂਈਆਂ ਸੱਗੀ ਸੱਗੀ ਫੁੱਲ ਛਾਪ ਮੁੰਦਰੀ ਕੜਾ ਚਮਕੇ ਵਾਲੀਆਂ ਚੂੜੀਆਂ ਗਾਨੀ ਗਜ਼ਰੇ ਆਦ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਸਿਰ ਦੇ ਕੇਸਾਂ ਨਾਲ ਸੰਬੰਧਿਤ ਗਹਿਣੇ ਕਿਹੜੇ ਨੇ ਇਹਨਾਂ ਦੇ ਕਜ ਕਲਪ ਸੂਈਆਂ ਬਿਘਿਆੜੀ ਸੱਗੀ ਫੁੱਲ ਟਿੱਕਾ ਸ਼ਿੰਗਾਰ ਸਪੱਟੀ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਕੰਨਾਂ ਨਾਲ ਸੰਬੰਧਤ ਗੈਨੇ ਕਿਹੜੇ ਨੇ ਝੁਮਕੇ ਵਾਲੀ ਕਾਂਟੇ ਪਿੱਪਲ ਪੱਤੀਆਂ ਬੁੰਦੇ ਰੇਲਾਂ ਡੰਡਲੀਆਂ ਜੰਡੰਡੀਆਂ ਲੋਟਣ ਕੋਕਰੂ ਹਾਂਜੀ ਅੱਗੇ ਹੈ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਨੱਕ ਨਾਲ ਸੰਬੰਧਤ ਲੌਂਗ ਨੱਥ ਬਾਲਕ ਕੋਕਾ ਤੇਲੀ ਨੁਗਰਾ ਸਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਗਰਦਨ ਨਾਲ ਸੰਬੰਧਿਤ ਰਾਣੀ ਹਾਰ ਹਾਰ ਹਸ ਜੰਜੀਰ ਗਾਨੀ ਤਵੀਤ ਮੱਖੀ ਯੁਗ ਨੂੰ ਢੋਲ ਜੁਗਨੀ ਢੋਲ ਢੋਲਣ ਤਵੀਤੜੀਆਂ ਬੁਕਤੀਆਂ ਅੰਜ ਅੱਗੇ ਆਪਣੇ ਕੋਲੇ ਹੈ ਸਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਵੀਣੀ ਨਾਲ ਸੰਬੰਧਿਤ ਗੋਖੜੂ ਗਜ਼ਰੇ ਚੂੜੀਆਂ ਪੌਂਚੀ ਬਾਜ਼ੂਬੰਦ ਕੰਗਣ ਵੰਗਾ ਕਲੀਰੇ ਬਾਂਕਾਂ ਸੁਨਿਆਰ ਦੁਆਰਾ ਤਿਆਰ ਕੀਤੇ ਜਾਂਦੇ ਉਂਗਲੀਆਂ ਨਾਲ ਸੰਬੰਧਿਤ ਮੰਦਰੀ ਛੱਲਾ ਛਾਪ ਕਮਿਆਰ ਦੁਆਰਾ ਬਣਾਈਆਂ ਜਾਂਦੀਆਂ ਵਸਤਾਂ ਘੜਾ ਚਾਟੀ ਕੁਜਾ ਦੀਵਾ ਚੱਪਣ ਚੱਪਣੀ ਮੋਚੀ ਦੁਆਰਾ ਬਣਾਈਆਂ ਜਾਂਦੀਆਂ ਜੁੱਤੀ ਮੋਜ਼ੇ ਜੁੱਤੇ ਥੱਲੇ ਥਲੀਆਂ ਹੱਥ ਖੱਡੀ ਦੁਆਰਾ ਬਣਾਈਆਂ ਜਾਂਦੀਆਂ ਵਸਤ ਖੇਸ ਖੱਦਰ ਦਰੀਆਂ ਖੇਸੀਆਂ ਕਸੀਦਾਕਾਰੀ ਦੀ ਕਲਾ ਨਾਲ ਸੰਬੰਧਿਤ ਵਸਤਾਂ ਫਲਕਾਰੀ ਬਾਗ ਚੌਪ ਰਮਾਲ ਸੁਬਰ ਫਲਕਾਰੀ ਬਾਗ ਚੌਪ ਸੁਬਰ ਦੀ ਕਢਾਈ ਕਿਹੜੇ ਕੱਪੜੇ ਤੇ ਕੀਤੀ ਜਾਂਦੀ ਹੈ ਖਦਰ ਦੇ ਕੱਪੜੇ ਤੇ ਫਲਕਾਰੀ ਦੀਆਂ ਵੰਗੀਆਂ ਦੇ ਨਾਂ ਦੱਸੋ ਇਹ ਸਵਾਲ ਆਇਆ ਸੀ ਇੱਕ ਵਾਰ ਪੇਪਰ 'ਚ ਪਹਿਲਾਂ ਚੌਪ ਸੁਬਰ ਤਿਲ ਪਤਰਾ ਨੀਲਕ ਕੋ ਗਡਬਾ ਫਲਕਾਰੀ ਅਤੇ ਬਾਗ ਦੀ ਕਢਾਈ ਲਈ ਕਿਹੜੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਰੰਗਦਾਰ ਰੇਸ਼ਮੀ ਧਾਗੇ ਦੀ ਸਮਗਰੀ ਦੀ ਵਰਤੋਂ ਦੇ ਆਧਾਰ ਤੇ ਲੋਕ ਕਿਤੇ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ਦੋ ਕਿਸਮ ਓ ਲੋਕ ਕਿਤੇ ਜਿੰਨਾ ਵਿੱਚ ਕਿਸੇ ਸਮਗਰੀ ਦੀ ਵਰਤੋਂ ਹੁੰਦੀ ਹੈ ਦੂਜੇ ਜਿੰਨਾ ਵਿੱਚ ਕਿਸੇ ਸਮਗਰੀ ਦੀ ਵਰਤੋਂ ਨਹੀਂ ਹੁੰਦੀ ਉਹਨਾਂ ਲੋਕ ਕਿਤਿਆਂ ਦੇ ਨਾਂ ਜਿੰਨਾ ਵਿੱਚ ਕਿਸੇ ਸਮਗਰੀ ਦੀ ਵਰਤੋਂ ਹੁੰਦੀ ਹੈ ਇਹਨਾਂ ਦੇ ਵਿੱਚ ਲੋਹਾਰ ਤਰਖਾਨਾ ਸੁਨਿਆਰਾ কুমਭਕਾਰੀ ਕਸ਼ੀਦਾਕਾਰੀ ਸ਼ਿਲਪਕਾਰੀ ਤੇ ਜਿਹੜੇ ਲੋਕ ਕਿੱਤਿਆਂ ਦੇ ਵਿੱਚ ਸਮਗਰੀ ਦੀ ਵਰਤੋਂ ਨਹੀਂ ਹੁੰਦੀ ਇਹਨਾਂ ਵਿੱਚ ਬਾਜ਼ੀਗਰ ਪੰਡਮ ਰਾਸੀਆਂ ਦੀਆਂ ਨਕਲਾਂ ਕਿੱਤਾ ਤੋਂ ਭਾਵ ਉਹ ਕੰਮ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਕੀਤਾ ਜਾਂਦਾ ਹੈ ਜਿਸ ਵਿੱਚੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੈ ਜਾਂ ਧਨ ਦੀ ਪ੍ਰਾਪਤੀ ਹੁੰਦੀ ਹੈ ਕਿੱਤੇ ਅਤੇ ਧੰਦੇ ਵਿੱਚ ਕੀ ਅੰਤਰ ਹੁੰਦਾ ਹੈ ਕਿੱਤਾ ਕਿਸੇ ਵੀ ਕਿਰਤ ਦਾ ਨਿਰਮਾਣ ਹੁੰਦਾ ਹੈ ਤੰਦੇ ਵਿੱਚ ਧਨ ਦੀ ਪ੍ਰਾਪਤੀ ਤਾਂ ਹੁੰਦੀ ਹੈ ਪਰੰਤੂ ਇਸ ਵਿੱਚੋਂ ਕਿਸੇ ਵੀ ਕਿਰਤ ਦਾ ਵਸਤ ਦਾ ਨਿਰਮਾਣ ਨਹੀਂ ਹੁੰਦਾ ਦਲਾਲੀ ਵਪਾਰੀ ਸ਼ਾਹੂਕਾਰੀ ਜਿਹੜੇ ਇਹਦੇ ਵਿੱਚ ਆਉਂਦੇ ਨੇ ਤੰਦੇ ਦੇ ਵਿੱਚ ਦਸਤਕਾਰੀ ਤੋਂ ਕੀ ਭਾਵ ਹੈ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਸ਼ਿਲਪਕਾਰੀ ਤੋਂ ਕੀ ਭਾਵ ਹੈ ਦਸਤਕਾਰੀ ਅਤੇ ਕਲਾ ਦਾ ਸੁਮੇਲ ਲੱਕੜ ਦੀ ਸਮਗਰੀ ਨਾਲ ਵਸਤਾਂ ਬਣਾਉਣ ਵਾਲੇ ਕਿੱਤਾਕਾਰ ਨੂੰ ਕਿਹਾ ਜਾਂਦਾ ਹੈ ਤਰਖਾਨ ਅੰਧੀ ਅਗੇ ਹਲ ਲੋਹੇ ਦੀ ਸਮਗਰੀ ਨਾਲ ਵਸਤਾਂ ਬਣਾਉਣ ਵਾਲੇ ਕਿੱਤਾਕਾਰ ਨੂੰ ਕਿਹਾ ਜਾਂਦਾ ਹੈ ਲੋਹਾਰ ਸੋਨੇ ਦੀ ਸਮਗਰੀ ਦੇ ਨਾਲ ਵਸਤਾਂ ਬਣਾਉਣ ਵਾਲੇ ਕਿੱਤਾਕਾਰ ਨੂੰ ਸੁਨਿਆਰ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਨੂੰ কুমਿਆਰ ਹੱਥ ਦੀ ਕਢਾਈ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਕਸੀਦਾਕਾਰ ਬਾਜੀਗਰ ਦੇ ਕਿੱਤੇ ਵਿੱਚ ਕੀ ਦਿਖਾਇਆ ਜਾਂਦਾ ਹੈ ਸਰੀਰਕ ਕਰਤੱਬ ਪੰਡਮ ਰਾਸੀ ਆਪਣੇ ਕਿੱਤੇ ਵਿੱਚ ਕੀ ਕਰਦੇ ਹਨ ਪਛਾਈ ਹੁਨਰ ਦਾ ਹਾਸਾ ਠੱਠਾ ਕਿਹੜੀ ਕਾਰੀਗਰੀ ਸ਼ਿਲਪਕਾਰੀ ਵਿੱਚ ਆਉਂਦੀ ਹੈ ਜਿਸ ਦੇ ਵਿੱਚ ਪਰਪੱਕ ਹੁਨਰ ਅਤੇ ਕਲਾ ਦਾ ਸੁਮੇਲ ਹੋਵੇ ਉਹ ਹੁੰਦੀ ਹੈ ਲੋਕ ਕਿੱਤਿਆਂ ਦੀ ਮੁੱਖ ਉਪਯੋਗਤਾ ਧਨ ਕਮਾਉਣਾ ਰੋਜ਼ੀ ਰੋਟੀ ਦੀ ਪ੍ਰਾਪਤੀ ਪੈਸੇ ਦੀ ਲੋੜ ਪੂਰਤੀ ਜਿਹੜੀ ਉਪਯੋਗੀ ਵਸਤੂ ਤਿਆਰ ਕਰਕੇ ਅਗਲੇ ਦੀ ਲੋੜ ਪੂਰੀ ਕੀਤੀ ਜਾਂਦੀ ਹੈ ਦੋਨਾਂ ਵਿੱਚੋਂ ਕਿਹੜੇ ਪ੍ਰਾਚੀਨ ਕਿਤੇ ਜਾਂ ਲੋਕ ਕਿਤੇ ਇਹਨਾਂ ਦੇ ਵਿੱਚ ਲੋਕ ਕਿਤੇ ਲੋਕ ਕਿਤੇ ਪੈਦਾ ਹੋਣ ਦਾ ਮੁੱਖ ਕਾਰਨ ਮਨੁੱਖੀ ਲੋੜ ਲੋਕ ਕਿੱਤਿਆਂ ਨੂੰ ਸਿਖਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਉਸਤਾਦ ਉਸਤਾਦ ਕੋਲੋਂ ਲੋਕ ਕਿਤ ਸਿੱਖਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਸ਼ਗਿਰਦ ਲੋਕ ਕਿਤੇ ਕਿਵੇਂ ਸਿੱਖੇ ਜਾਂਦੇ ਹਨ ਉਸਤਾਦੀ ਸ਼ਗਿਰਦੀ ਦੀ ਪਰੰਪਰਾ ਰਾਹੀਂ ਹਾਂਜੀ ਇਹ ਸੀਗੇ ਚੋਣਵੇਂ ਜਿਹੇ ਸਵਾਲ ਜਿਹੜੇ ਕਿੱਤਿਆਂ ਦੇ ਨਾਲ ਸੰਬੰਧਿਤ ਜੇਕਰ ਇਹਨਾਂ ਦੇ ਵਿੱਚੋਂ ਸਵਾਲ ਆਪਾਂ ਨੂੰ ਕੋਈ ਬਣਦਾ ਤਾਂ ਜਰੂਰ ਇਹਨਾਂ ਦੇ ਵਿੱਚੋਂ ਹੋਵੇਗਾ ਤਾਂ ਜੁੜੇ ਰਹਿਣਾ ਜਲਦ ਹੀ ਜਿਹੜੀ ਹੋਰ ਵੀਡੀਓ ਦੇ ਵਿੱਚ ਆਪਾਂ ਜਿਹੜਾ ਹੈ ਅ ਨੈਕਸਟ ਇਹਦੇ ਨਾਲ ਸੰਬੰਧਿਤ ਟਾਪਿਕ ਕਰਾਂਗੇ ਤਾਂ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ